ਜੇਕਰ ਬਾਹਰ ਖਾਣਾ ਖਾਣ ਜਾਂਦੇ ਹੋ ਤਾਂ ਇਹ ਖਬਰ ਜ਼ਰੂਰ ਦੇਖ ਲਓ ਕਿ ਮਸ਼ਹੂਰ ਰੈਸਟੋਰੈਂਟ ਦੇ ਖਾਣੇ 'ਚੋਂ ਕੀੜਾ ਨਿਕਲਿਆ ਹੈ। ਇਹ ਜੋ ਵੀਡੀਓ ਹੈ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ ਕਿ ਗੁਰਦਾਸਪੁਰ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਵਿਅਕਤੀ ਖਾਣਾ ਖਾਣ ਲਈ ਜਾਂਦੇ ਨੇ ਅਤੇ ਉਹਨਾਂ ਵੱਲੋਂ ਚਾਵਲਾਂ ਦਾ ਆਰਡਰ ਕੀਤਾ ਜਾਂਦਾ। ਜਦੋਂ ਉਹ ਚਾਵਲ ਖਾਣ ਲੱਗਦੇ ਨੇ ਤਾਂ ਚਾਵਲਾਂ ਦੇ ਵਿੱਚੋਂ ਕੀੜਾ ਨਿਕਲਦਾ ਹੈ ਅਤੇ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਰੈਸਟੋਰੈਂਟ ਵਾਲਿਆਂ ਨੂੰ ਕਹਿੰਦੇ ਨੇ ਕਿ ਇਸ ਚਾਵਲਾਂ ਦੇ ਵਿੱਚੋਂ ਕੀੜਾ ਨਿਕਲਿਆ, ਪਰ ਉਹ ਗਲਤੀ ਨਹੀਂ ਮੰਨਦੇ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਜਿਹੜੇ ਹੈ ਸਪਰੇਅ ਕਰਦੇ ਹਾਂ ਕਿ ਜਿਸ ਦੇ ਕਾਰਨ ਕੋਈ ਜੀਵ ਜੰਤੂ ਨਾ ਹੋਵੇ, ਪਰ ਜਦੋਂ ਚਾਵਲ ਖਾਂਦੇ ਨੇ ਤਾਂ ਚਾਵਲ ਦੇ ਵਿੱਚੋਂ ਕੀੜਾ ਨਿਕਲਦਾ ਹੈ। ਦੇਖੋ ਮੌਕੇ ਦੀਆਂ ਤਸਵੀਰਾਂ। ਦੇਖੋ ਜੀ, ਮੈਂ ਅੰਨਪੂਰਨਾ ਰੈਸਟੋਰੈਂਟ ਦੇ ਨਾਲ ਪਰਿਵਾਰ ਨਾਲ ਖਾਣਾ ਖਾਣ ਆਇਆ ਜੀ, ਔਰ ਤੁਸੀਂ ਇਹ ਦੇਖਿਆ ਸਾਹਮਣੇ ਚਾਵਲ ਵੇ, ਚਾਵਲ ਵਿੱਚ ਕੀੜਾ ਸੀ, ਚਾਵਲ ਵਿੱਚ ਕੀੜਾ ਪਿਆ ਸੀ, ਔਰ ਅਸੀਂ ਚਾਵਲ ਅੱਧੇ ਤੋਂ ਵੱਧ ਖਾ ਚੁੱਕੇ ਸੀ, ਥੋੜ੍ਹੇ ਜਿਹੇ ਰਹਿ ਗਏ ਸੀ, ਔਰ ਇਹਨਾਂ ਦਾ ਦੇਖ ਲਓ ਹਾਲ ਵੀ, ਇਹ ਚੌਲਾਂ 'ਚ ਕੀੜਾ ਨਿਕਲਿਆ। ਅਤੇ ਜਦੋਂ ਇਹਨਾਂ ਨੂੰ ਪੁੱਛਿਆ ਇਹਨਾਂ ਦੇ ਮੈਨੇਜਰ ਨੂੰ, ਉਹ ਕਹਿੰਦਾ ਜੀ ਇਹ ਕੋਈ ਗੱਲ ਨਹੀਂ, ਇਹ ਕਹਿੰਦੇ ਸਪਰੇਅ 'ਚ ਦੀ ਗਲਤੀ ਨਾ ਕਰਨਾ, ਦੱਸੋ ਜੀ ਕਿਹੜੇ ਸਪਰੇਅ ਕਰਦੇ ਨੇ ਅਤੇ ਕੀੜੇ ਖਵਾਈ ਜਾਂਦੇ ਸਾਨੂੰ, ਇਹ ਤੁਸੀਂ ਹਿਲਾ ਦਿਓ ਵੀ ਮੇਨ ਜਿਹੜੇ ਰੈਸਟੋਰੈਂਟ ਸ਼ਹਿਰ ਦੇ ਜਿਹੜੇ ਕਹਿੰਦੇ ਕਿ ਅਸੀਂ ਬੜਾ ਵਧੀਆ ਖਾਣਾ ਖਾਂਦੇ ਹਾਂ, ਤੁਸੀਂ ਦੇਖ ਲਓ ਵੀ ਇਹ ਚੌਲਾਂ ਵਿੱਚ ਕੀੜੇ ਕਾਵਾ ਦੇ ਰਹੇ, ਇਹ ਦੱਸੋ ਵੀ ਕਿੰਨਾ ਕੁ ਵਧੀਆ ਕੰਮ ਕਰ ਰਹੇ। ਅਸੀਂ ਤੁਹਾਨੂੰ ਸਾਨੂੰ ਦੇਖ ਲਓ ਵੀ ਇੱਥੇ ਪੁੱਛਦੇ ਹਾਂ ਕਿ ਭਾਈ ਸਾਹਿਬ ਆ ਜਿਹੜਾ ਤੁਸੀਂ ਜਿਹੜਾ ਖਾਣਾ ਖਵਾ ਰਹੇ ਹੋ ਚੌਲਾਂ ਵਿੱਚ ਅਤੇ ਕੀੜੇ ਖਵਾ ਰਹੇ ਹੋ, ਮੈਨੂੰ ਆ ਗਿਆ ਫਿਰ ਕੀ ਵੇਖਿਆ ਨੀ ਕਦੀ ਸਰ, ਕਿੰਨਾ ਪੁਰਾਣਾ ਰੈਸਟੋਰੈਂਟ ਚੱਲਦਾ ਪਿਆ, ਇਹੋ ਜਿਹੀ ਗੱਲ ਅੱਜ ਤੱਕ ਨਹੀਂ ਹੋਈ। ਚੜ੍ਹਦੀ ਕਲਾ ਟਾਈਮ ਟੇਬਲ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।